ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਸਵਾਗਤ ਹੈ ਇਸ ਚੈਨਲ ਤੇ ਆਪਾਂ ਪੰਜਾਬੀ ਲਾਜ਼ਮੀ ਪੇਪਰ ਦੀ ਤਿਆਰੀ ਕਰ ਰਹੇ ਆਂ ਅੱਜ ਆਪਣਾ ਹੈ ਭਾਗ ਨੰਬਰ 11 ਇਸ ਤੋਂ ਪਹਿਲਾਂ ਆਪਾਂ ਇਸ ਦੇ 10 ਭਾਗ ਕਰ ਚੁੱਕੇ ਆਂ ਸੋ ਪਲੀਜ਼ ਸਾਰਿਆਂ ਨੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਦੀ ਇਸ ਵੀਡੀਓ ਵਿੱਚ ਵੀ ਆਪਾਂ ਜੋ ਕਿ ਪੰਜਾਬ ਦੇ ਪੁਰਾਣੇ ਪੇਪਰ ਹੋਣ ਜਿਵੇਂ ਕਿ ਪੰਜਾਬ ਪਟਵਾਰੀ ਐਕਸਾਈਜ਼ ਇੰਸਪੈਕਟਰ ਪੀ ਟ੍ਰਿਪਲ ਐਸ ਵੀ ਕਲਰਕ ਤੇ ਪੰਜਾਬ ਪੁਲਿਸ ਉਹਨਾਂ ਵਿੱਚ ਜੋ ਵੀ ਪੰਜਾਬੀ ਵਿਆਕਰਨ ਦੇ ਕਵਚਨ ਆ ਹਨ ਉਹ ਕਰਾਂਗੇ ਸੋ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰ ਲੱਗੇ ਆਂ ਕਵਚਨ ਨੰਬਰ 1 ਪੰਜਾਬੀ ਵਿੱਚ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਏ 5 ਪੰਜਾਬੀ ਵਿੱਚ ਵਿਸ਼ੇਸ਼ਣ ਦੀਆਂ ਕੁੱਲ 5 ਕਿਸਮਾਂ ਹੁੰਦੀਆਂ ਹਨ ਅੱਗੇ ਕਵਚਨ ਨੰਬਰ 2 ਉਸ ਦੀ ਪੱਗ ਦਾ ਰੰਗ ਨੀਲਾ ਹੈ ਵਾਕ ਵਿੱਚ ਵਿਸ਼ੇਸ਼ਣ ਕਿਹੜਾ ਸ਼ਬਦ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਨੀਲਾ ਨੀਲਾ ਸ਼ਬਦਾ ਜੋ ਕਿ ਇੱਕ ਵਿਸ਼ੇਸ਼ਣ ਹੈ ਅੱਗੇ ਇੱਕ ਵਾਕੰਤਨ ਕਈ ਵਾਕਾਂ ਵਿੱਚ ਹੈ ਜਾਂ ਸੀ ਕੱਲਾ ਸ਼ਬਦੀ ਕਿਰਿਆ ਦਾ ਰੂਪ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਸੰਸਰਗੀ ਕਿਰਿਆ ਅੱਗੇ ਕੁਐਸਚਨ ਨੰਬਰ 4 ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਮਾਤਰਾ ਹਨ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਬੀ 10 ਪੰਜਾਬੀ ਵਿੱਚ ਕੁੱਲ 10 ਲਗਾ ਮਾਤਰਾ ਹਨ। ਕਵਚਨ 5 ਪੰਜਾਬੀ ਵਿੱਚ ਕਿੰਨੀਆਂ ਲਗਾਖਰ ਹਨ? ਇਹਦਾ ਸਹੀ ਆਨਸਰ ਆਪਸ਼ਨ ਨੰਬਰ 3 ਹੈ। ਪੰਜਾਬੀ ਵਿੱਚ ਲਗਾਖਰ ਦੀ ਗਿਣਤੀ 3 ਹੈ। ਅੱਗੇ ਕਵਚਨ 6 ਮਲਵਈ ਕੀ ਹੈ? ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ C ਉਪੋਪਾਸ਼ਾ। ਮਲਵਈ ਜੋ ਕਿ ਇੱਕ ਉਪੋਪਾਸ਼ਾ ਹੈ। ਅੱਗੇ ਕਵਚਨ 7 ਕਿਹੜੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁਕਵੀ ਹੈ? ਇੰਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਡੀ ਗੁਰਮੁਖੀ ਅੱਗੇ ਕੁਐਸਚਨ 8 ਕਾਰਕ ਦੀਆਂ ਕਿਸਮਾਂ ਹੁੰਦੀਆਂ ਹਨ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਬੀ 8 ਕਾਰਕ ਦੀਆਂ ਕੋਲ 8 ਕਿਸਮਾਂ ਹੁੰਦੀਆਂ ਹਨ ਅੱਗੇ ਕੁਐਸਚਨ 9 ਪੰਜਾਬੀ ਵਿੱਚ ਸ ਤੋਂ ਲੈ ਕੇ ੜਾ ਅੱਖਰਾਂ ਨੂੰ ਕਹਾਇਆ ਜਾਂਦਾ ਹੈ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਵਿਅੰਜਨ ਪੰਜਾਬੀ ਵਿੱਚ ਸ ਤੋਂ ਲੈ ਕੇ ੜਾ ਤੱਕ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਜਦੋਂ ਕਿ ਊੜਾ ਆੜਾ ਤੀੜੀ ਨੂੰ ਸਵਰਕ ਜਾਂਦਾ ਹੈ ਪੰਜਾਬੀ ਵਿੱਚ ਕੁੱਲ 3 ਸਵਾਰਾਂ ਹਨ। ਅੱਗੇ ਕਵਚਨ 10, ਸੁੱਧ ਸ਼ਬਦ ਜੋੜ ਚੁਣੋ। ਇਸਦਾ ਸਹੀ ਆਨਸਰ ਆਪਸ਼ਨ ਨੰਬਰ 2 ਹੈ ਸ਼ਾਇਦ। ਅੱਗੇ ਕਵਚਨ 11, ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਜੋੜ ਚੁਣੋ। ਇਸਦਾ ਸਹੀ ਆਨਸਰ ਆਪਸ਼ਨ ਨੰਬਰ B ਕੰਮਤੰਦਾ। ਅੱਗੇ ਕਵਚਨ 12, ਆਪੇ ਫਾਥੜੀਏ ਤੈਨੂੰ ਖਾਲ ਪੂਰੀ ਕਰੋ। ਇਸਦਾ ਸਹੀ ਆਨਸਰ ਆਪਸ਼ਨ ਨੰਬਰ B ਕੌਣ ਛੜਾਵੇ। ਆਪੇ ਫਾਥੜੀਏ ਤੈਨੂੰ ਕੌਣ ਛੜਾਏ। ਅੱਗੇ ਕਵੈਸ਼ਨ 13 ਬਾਹ ਭਜਨੀ ਮਹਾਵਰੇ ਦਾ ਅਰਥ ਹੈ। ਇਸਦਾ ਸਹੀ ਆਨਸਰ ਆਪਸ਼ਨ ਨੰਬਰ ਏ ਆਸਰਾ ਖਤਮ ਹੋ ਜਾਣਾ। ਅੱਗੇ ਕਵੈਸ਼ਨ 1 ਪੁਆਦੀ ਕੀ ਹੈ? ਇਸਦਾ ਸਹੀ ਆਨਸਰ ਆਪਸ਼ਨ ਨੰਬਰ ਏ ਉਪਪਾਚਾ। ਪੁਆਦੀ ਇਹ ਜੋਕਾ ਉਪਪਾਚਾ ਹੈ। ਕਵੈਸ਼ਨ 2 ਪ੍ਰਿੰਸੀਪਲ ਸਾਹਿਬ ਕਾਲ ਜਾਏ ਅਤੇ ਉਹਨਾਂ ਨੇ ਭਾਸ਼ਣ ਦਿੱਤਾ। ਬਾਕ ਦੀ ਕਿਹੜੀ ਕਿਸਮ ਹੈ? ਇਸਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਸੰਯੁਕਤ। ਅੱਗੇ ਕਵੈਸ਼ਨ ਤੰਨਾ ਆਮ ਜਾਤੀ ਵਾਚਕ ਨਾਮ ਸ਼ਬਦ ਚੁਣੋ। ਇਹਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਵਿਦਿਆਰਥੀ। ਵਿਦਿਆਰਥੀ ਸ਼ਬਦ ਹੈ ਜੋ ਕਿ ਹਾਮ ਜਤੀਵਾਚਕ ਨਾਮ ਹੈ। ਤੇੜਾ ਗਮੀ ਹੈ ਭਾਵਵਾਚਕ ਨਾਮ ਹੈ। ਤੇਲ ਤੇ ਸੋਨਾ ਜੋ ਕਿ ਵਸਤੂਵਾਚਕ ਨਾਮ ਹੈ। ਅੱਗੇ ਕੁਐਸਚਨ 4 ਪਿੱਠ ਠੋਕਣੀ ਕੀ ਹੈ? ਇਹਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਮੁਹਾਵਰਾ। ਅੱਗੇ ਕੁਐਸਚਨ 5 ਸੁੱਧ ਸ਼ਬਦ ਜੋੜ ਚੁਣੋ। ਇਸਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਸ਼ੈਰ। ਅੱਗੇ 6 ਕੁਐਸਚਨ ਨੰਬਰ 6 ਲੁੱਤੀ ਲਾਉਣੀ ਦਾ ਕੀ ਅਰਥ ਹੈ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਚੁਗਲੀ ਕਰਨੇ ਅੱਗੇ ਕੁਐਸਚਨ 7 ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਦਾ ਸਹੀ ਆਨਸਰ ਆਪਸ਼ਨ ਨੰਬਰ ਏ ਪੰਜ ਅੱਗੇ ਕੁਐਸਚਨ 8 ਮਲਬਈ ਕਿਸ ਖੇਤਰ ਚ ਬੋਲੀ ਜਾਂਦੀ ਹੈ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ ਫਰੀਦਕੋਟ ਮਲਬਈ ਫਰੀਦਕੋਟ ਤੇ ਫਿਰੋਜ਼ਪੁਰ ਦੋਨੇ ਜਿਹੜੇ ਚੋਲੀ ਜਾਂਦੀ ਹੈ ਜਦੋਂ ਕਿ ਅੰਮ੍ਰਿਤਸਰ ਵਿੱਚ ਮਾਜੀ ਬੋਲੀ ਜਾਂਦੀ ਹੈ ਅੱਗੇ ਕਵੈਸ਼ਨ 9 ਸੋਨਾ ਸੀਨ ਸੁੰਦਰ ਸ਼ਬਦ ਦਾ ਹੋਰ ਕਿਹੜਾ ਸਮਾਨਾਰਥਕ ਸ਼ਬਦ ਹੋ ਸਕਦਾ ਹੈ? ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਰੂਪਵੰਤ। ਅੱਗੇ ਕਵੈਸ਼ਨ 10 ਉਸਦੀ ਪੱਗ ਦਾ ਰੰਗ ਲਾਲ ਹੈ ਵਾਕ ਵਿੱਚ ਕਿਰਿਆ ਕਿਹੜਾ ਸ਼ਬਦ ਹੈ? ਇਹਦਾ ਸਹੀ ਆਨਸਰ ਆਪਸ਼ਨ ਨੰਬਰ D ਹੈ। ਅੱਗੇ ਕਵੈਸ਼ਨ 11 ਸ਼ੁੱਧ ਮੁਹਾਵਰਾ ਚੁਣੋ। ਇਹਦਾ ਸਹੀ ਆਨਸਰ ਆਪਸ਼ਨ ਨੰਬਰ D ਸਿਰੋ ਪਾਣੀ ਲੰਗਣਾ। ਅੱਗੇ ਕਵੈਸਚਨ 12 ਚਿੱਟੀ ਦਾੜੀ ਵਾਲਾ ਸ਼ਬਦ ਤੋਂ ਸਮਾਸੀ ਸ਼ਬਦ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਚਿੱਟ ਦਾੜੀ ਆ ਅੱਗੇ ਕਵੈਸਚਨ 13 ਖਾਨੋਂ ਜਾਣਾ ਦਾ ਕੀ ਅਰਥ ਹੈ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਸੀ ਕਬਰਾ ਜਾਣਾ ਅੱਗੇ ਕਵੈਸਚਨ ਨੰਬਰ 1 ਸ਼ੁੱਧ ਮੁਹਾਵਰਾ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਹੱਥ ੱਡਨੇ ਅੱਗੇ ਕਵੈਸਚਨ 2 ਜੰਗਲ ਵਿੱਚ ਡੈਸ਼ ਮੁਹਾਵਰਾ ਪੂਰਵ ਕਰੋ ਤੋ ਇਹ ਆਨਸਰ ਸਹੀ ਦਾ ਮੰਗਲ ਹੋਣਾ ਜੰਗਲ ਵਿੱਚ ਮੰਗਲ ਹੋਣਾ ਅੱਗੇ ਕੁਐਸਚਨ 3 ਥਾਨਿਓ ਜਾਣਾ ਦਾ ਕੀ ਅਰਥ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਘਬਰਾ ਜਾਣਾ ਅੱਗੇ ਕੁਐਸਚਨ 4 ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਐਵੇਂ ਅੱਗੇ ਕੁਐਸਚਨ 5 ਹੇਠ ਲਿਖਿਆਂ ਵਿੱਚੋਂ ਸੁੱਧ ਵਾਕ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਮੁੰਡੇ ਦੌੜਦੇ ਹਨ ਅੱਗੇ ਕੁਐਸਚਨ ਨੰਬਰ 6 ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਇਦਾਂ ਸਹੀ ਆਨਸਰ ਆਪਸ਼ਨ ਨੰਬਰ ਡੀ ਡਾਕਖਾਨਾ ਅੱਗੇ ਕੁਐਸਚਨ ਨੰਬਰ 7 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ? ਇਦਾਂ ਸਹੀ ਆਨਸਰ ਆਪਸ਼ਨ ਨੰਬਰ ਡੀ ਬੈਠਦੇ ਅੱਗੇ ਕੁਐਸਚਨ 8 ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਇਦਾਂ ਸਹੀ ਆਨਸਰ ਆਪਸ਼ਨ ਨੰਬਰ ਸੀ 8 ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ। ਜਦੋਂ ਕਿ ਵਿਸ਼ੇਸ਼ਣ ਦੀਆਂ ਕੁੱਲ ਕਿਸਮਾਂ 5 ਹਨ। ਅੱਗੇ ਕਵਚਨ 9 ਇਹ ਮੋਨ ਦਾ ਸਕੂਟਰ ਹੈ ਬਾਕ ਵਿੱਚ ਦਾ ਕੀ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਸਬੰਧਕ ਦਾ ਸ਼ਬਦ ਹੈ ਜੋ ਕਿ ਇੱਕ ਸਬੰਧਕ ਹੈ ਅੱਗੇ ਕਵਚਨ 10 ਮਾਜੀ ਕੀ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ C ਉਪਪਾਸ਼ ਅੱਗੇ ਕਵਚਨ 11 ਰੂਪ ਦੇ ਆਧਾਰ ਤੇ ਜੋਜਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਤਰਨ ਅੱਗੇ ਕਵਚਨ 12 ਸਹਿਲੀ ਦਾ ਪੁਲਿੰਗ ਚੁਣੋ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਡੀ ਮਿੱਤਰ ਅੱਗੇ ਕੁਐਸਚਨ ਨੰਬਰ 13 ਹੇਠ ਲਿਖਿਆਂ ਵਿੱਚੋਂ ਇੱਕ ਵਚਨ ਚੁਣੋ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਸੀ ਘੋੜਾ ਅੱਗੇ ਕੁਐਸਚਨ 14 ਪੰਜਾਬੀ ਵਿੱਚ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਸਦਾ ਸਹੀ ਆਨਸਰ ਆਪਸ਼ਨ ਨੰਬਰ ਬੀ 8 ਪ੍ਰਕਾਰ ਦੇ ਪੰਜਾਬੀ ਵਿੱਚ ਕਾਰਕ 8 ਪ੍ਰਕਾਰ ਦੇ ਹੁੰਦੇ ਹਨ ਅੱਗੇ ਕੁਐਸਚਨ 15 ਮੂਲ ਸ਼ਬਦ ਤੋਂ ਪਹਿਲਾਂ ਜਾਂ ਬਾਅਦ ਵਿੱਚ ਅੱਖਰ ਲਗਾ ਕੇ ਬਣੇ ਸ਼ਬਦ ਨੂੰ ਕਿਹਾ ਜਾਂਦਾ ਹੈ। ਇਹਦਾ ਸਹੀ ਅਨਸਰ ਆਪਸ਼ਨ ਨੰਬਰ B ਉਤਪੰਨ ਸ਼ਬਦ। ਅੱਗੇ ਕਵੈਸ਼ਨ 16 ਬੱਚਾ ਦੁੱਧ ਪੀਂਦਾ ਹੈ। ਵਾਕ ਦੀ ਕਿਹੜੀ ਕਿਸਮ ਹੈ? ਇਹਦਾ ਸਹੀ ਅਨਸਰ ਆਪਸ਼ਨ ਨੰਬਰ C ਸਧਾਰਨ। ਅੱਗੇ ਕਵੈਸ਼ਨ 17 ਕਿਹੜਾ ਸ਼ਬਦ ਗੇਤਰ-ਪਸ਼ੇਤਰ ਤੋਂ ਰਹਿਤ ਹੈ? ਇਹਦਾ ਸਹੀ ਅਨਸਰ ਆਪਸ਼ਨ ਨੰਬਰ B ਤਲਵਾਰ। ਅੱਗੇ ਕਵੈਸ਼ਨ 18 ਕਿਸ ਸ਼ਬਦ ਵਿੱਚ ਪਸ਼ੇਤਰ ਦੀ ਵਰਤੋਂ ਨਹੀਂ ਹੋਈ? ਇਸਦਾ ਸਹੀ ਜਵਾਬ ਆਪਸ਼ਨ ਨੰਬਰ A ਪਸਾਰ ਅੱਗੇ ਕਵਚਨ 19 ਨਮੀਨ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਸਦਾ ਸਹੀ ਜਵਾਬ ਆਪਸ਼ਨ ਨੰਬਰ C ਪ੍ਰਾਤਨ ਨਮੀਨ ਸ਼ਬਦ ਦਾ ਵਿਰੋਧੀ ਸ਼ਬਦ ਪ੍ਰਾਤਨ ਹੈ ਜਦੋਂ ਕਿ ਬਾਕੀ ਦਿੱਤੇ ਨੇ ਸ਼ਬਦ ਨਮਾ ਚਮਤਕ ਚਮਕਦਾਰ ਅਤੇ ਵਧੀਆ ਨਮੀਨ ਦੇ ਸਮਾਨਾਰਥਕ ਸ਼ਬਦ ਹਨ ਕਵਚਨ 20 ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਹਿੰਦੇ ਹੈ ਇਸਦਾ ਸਹੀ ਜਵਾਬ ਆਪਸ਼ਨ ਨੰਬਰ B ਉਪਭਾਸ਼ਾ ਹੈ ਅੱਗੇ ਕਵਚਨ 1 ਜਦੋਂ ਕੋਈ ਦੂਜੇ ਦੀ ਰੀਸ ਕਰੇ ਤਾਂ ਕਿਹੜਾ ਖਾਨ ਵਰਤਿਆ ਜਾਂਦਾ ਹੈ ਇਤ ਦਾ ਸਹੀ ਆਨਸਰ ਆਪਸ਼ਨ ਨੰਬਰ B ਤਾਏ ਦੀ ਤੀ ਤਾਏ ਦੀ ਤੀ ਚੱਲੀ ਮੈਂ ਕਿਉਰ ਹਾਂ ਕੱਲੀ ਅੱਗੇ ਇਹ ਆਣਾ ਸ਼ਬਦਾ ਸਮਾਨ ਅਰਥਕ ਚ ਨੂੰ ਇਤ ਦਾ ਸਹੀ ਆਨਸਰ ਆਪਸ਼ਨ ਨੰਬਰ B ਨਿਆਣਾ ਅੱਗੇ ਕਵਚਨ ਤਨਪੋਠਵਾਰੀ ਕੀ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ B ਉਪਪਾਸ਼ ਅੱਗੇ ਲਿਪੀ ਦਾ ਕੀ ਮਤਵ ਹੈ ਇਸਦਾ ਸਹੀ ਅਨਸਰ ਆਪਸ਼ਨ ਨੰਬਰ A ਪਾਠ ਸ਼ਾ ਲਿਖਣ ਲਈ ਅੱਗੇ ਕੁਐਸਚਨ 5 ਸੁੱਧ ਸ਼ਬਦ ਜੋੜ ਚੁਣੋ ਇਸਦਾ ਸਹੀ ਅਨਸਰ ਆਪਸ਼ਨ ਨੰਬਰ C ਜਹਾਜ਼ ਅੱਗੇ ਕੁਐਸਚਨ 1 ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਇਸਦਾ ਸਹੀ ਅਨਸਰ ਆਪਸ਼ਨ ਨੰਬਰ A 5 ਪ੍ਰਕਾਰ ਦੇ ਅੱਗੇ ਕੁਐਸਚਨ 2 ਪੋਠੋਵਾਰੀ ਕੀ ਹੈ ਇਸਦਾ ਸਹੀ ਅਨਸਰ ਆਪਸ਼ਨ ਨੰਬਰ B ਉਪਪਾਸ਼ਾ ਅੱਗੇ ਕੁਐਸਚਨ 3 ਸਾਧ ਰਚਨਾ ਅਨੁਸਾਰ ਸ਼ਬਦ ਦੀਆਂ ਕਿਹੜੀਆਂ ਦੋਸ਼ ਰਹਿਣੀਆਂ ਹਨ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਮੂਲ ਤੇ ਰਚਿਤ ਸ਼ਬਦ ਅੱਗੇ ਕੁਐਸਚਨ 4 ਆਈ ਚਲਾਈ ਕਰਨਾ ਦਾ ਅਰਥ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਜੋ ਕਮਾਣਾ ਸੋ ਖਾ ਲੈਣਾ ਅੱਗੇ ਕੁਐਸਚਨ 5 ਸੁੱਧ ਸ਼ਬਦ ਜੋੜ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਬੁੱਢਾ ਅੱਗੇ ਕੁਐਸਚਨ 6 ਬਿੰਦੀ ਕੀ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਲਗਾਖਰ ਅੱਗੇ ਕੁਐਸ਼ਨ 7 ਕਿਰਿਆ ਵਿਸ਼ੇਸ਼ਣ ਦੇ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇਹਦਾ ਸਹੀ ਆਨਸਰ ਆਪਸ਼ਨ ਨੰਬਰ B 8 ਅੱਗੇ ਕੁਐਸ਼ਨ 8 ਪੜਨਾਮੀ ਵਿਸ਼ੇਸ਼ਣ ਚੁਣੋ ਇਹਦਾ ਸਹੀ ਆਨਸਰ ਆਪਸ਼ਨ ਨੰਬਰ A ਕੌਣ ਅੱਗੇ ਕੁਐਸ਼ਨ 9 ਠੀਕ ਸਮਾਸੀ ਸ਼ਬਦ ਚੁਣੋ ਇਹਦਾ ਸਹੀ ਆਨਸਰ ਆਪਸ਼ਨ B ਹੱਕ ਹਲਾਲ ਅੱਗੇ ਕੁਐਸ਼ਨ 10 ਕਿਹੜਾ ਸ਼ਬਦ ਸੁਆਮੀ ਸ਼ਬਦ ਦਾ ਸਮਾਨਾਰਥੀ ਨਹੀਂ ਹੈ ਇਹਦਾ ਸਹੀ ਆਨਸਰ ਆਪਸ਼ਨ ਨੰਬਰ D ਝੇਲਾ ਕੇਲਾ ਸ਼ਬਦਾ ਜੋ ਕਿ ਸਮਾਨਾਰਥੀ ਨਹੀਂ ਹੈ ਸੁਆਮੀ ਦਾ ਬਾਕੀ ਪਤੀ ਮਾਲਕ ਤੇ नाथ ਸੁਆਮੀ ਸ਼ਬਦ ਦੇ ਸਮਾਨਾਰਥਕ ਸ਼ਬਦਾਂ ਨੂੰ ਸੋ ਇਹ ਸਾਨੂੰ ਅੱਜ ਦੀ ਵੀਡੀਓ ਤੇ ਆਪਣੇ ਕੁਐਸਚਨ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦੀ